ਸਾਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਸੰਧੂ ਸਾਹਿਬ ਕੋਲ ਪਹੁੰਚ ਚੁੱਕੇ ਜੀ ਅੱਜ। ਫਿਰ ਆਪਾਂ ਦੇਖੋ ਵੱਡੀਆਂ ਝੂਟੀਆਂ ਲੈ ਕੇ ਨੇ ਬਾਈਆਂ ਨੇ ਪੂਰੀਆਂ ਸਿਰੇ ਕੁਆਲਿਟੀ ਹੈ ਵੀ 6-7 ਲਗਭਗ। ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ, ਕੀ ਹਾਲ ਹੈ ਬਾਈ? ਹੋਰ ਸਭ ਠੀਕ ਠਾਕ? ਚੜ੍ਹਦੀ ਕਲਾ ਤੁਸੀਂ ਸੁਣਾਓ? ਹੋਰ ਵੀਰ ਤੂੰ ਠੀਕ ਹੈ? ਠੀਕ ਹੈ। ਹੋਰ ਬਾਬਾ ਜੀ ਕਿਹਾ ਜਾ ਰਿਹਾ ਕੰਮ? ਠੀਕ ਆ, ਬੜੀ ਕਿਰਪਾ ਬਾਬੇ ਨਾਨਕ ਦੀ, ਚੱਲੀ ਜਾਂਦਾ, ਪੂਰਤੀ ਨਹੀਂ ਹੁੰਦੀ। ਮੈਂ ਨਾ ਜਿੰਨੀਆਂ ਕੁ ਮਤਲਬ ਗਾਹਕ ਮੇਰੇ ਜ਼ਿਆਦੇ ਅਤੇ ਮੇਰੇ ਕੋਲ ਡੰਗਰ ਥੋੜ੍ਹੇ ਆਉਂਦੇ। ਹਾਂਜੀ ਹਾਂਜੀ ਹਾਂਜੀ। ਮੈਂ ਜੇ ਚਾਹਵਾਂ ਨਾ ਤਾਂ ਮੱਝਾਂ ਮਤਲਬ ਮਹੀਨੇ 'ਚ ਮੈਂ 20 ਵੇਚ ਸਕਦਾ ਵਾਂ, ਪਰ ਮੈਂ ਇਹ ਨਹੀਂ ਵੀ ਜਿੱਥੇ ਜਾਵਾਂ ਫੜ ਲਿਆਉਣਾ। ਮੈਂ ਮੱਝ ਲੈਂਦਾ ਵਾਂ ਥੋੜ੍ਹੀ ਜਿਹੀ ਕੁਆਲਿਟੀ ਦੀ, ਭਾਵੇਂ ਮੈਂ 5 ਦਿਨ ਹੀ ਵੇਚਾਂ, ਮੈਂ ਵੇਚਦਾ ਚੰਗੀ। ਹਾਂਜੀ ਹਾਂਜੀ। ਭਾਵੇਂ ਮੈਂ ਹਫ਼ਤੇ ਬਾਅਦ ਲਵਾਂ, ਲੈਣੀ ਉਹ ਜਿਹੜੀ ਮਨ ਨੂੰ ਜੱਚ, ਹੈ ਨਾ। ਮੱਝਾਂ ਮੇਰੇ ਕੋਲ ਮੰਗਦੇ ਬੜੇ ਜਾਣੇ ਆ, ਅਤੇ ਪਰ ਉਹੋ ਜਿਹੀ ਮੱਝ ਮੈਨੂੰ ਗਾੜੀ ਕਿਤੇ ਮਿਲੇ ਅਤੇ ਫਿਰ ਮਿਲ। ਇੱਕ ਪਹਿਲੀ ਗੱਲ ਹੈ ਵੀ ਮੈਂ ਥੋੜ੍ਹੇ ਕੀਤੇ ਵਪਾਰੀ ਕੋਲ, ਚਲੋ ਹੈਗੇ ਭੈਣ ਭਰਾ ਜਿਹਨਾਂ ਨੂੰ ਆਪਾਂ ਲੈਂਦੇ ਵੀ ਹਾਂ, ਅਤੇ ਕੋਸ਼ਿਸ਼ ਇਹ ਕਰੀਦੀ ਵੀ ਘਰਾਂ 'ਚੋਂ ਮਾਲ ਲਈਏ, ਅਤੇ ਘਰ 'ਚੋਂ ਮਾਲ ਦੀ ਥੋੜ੍ਹੀ ਬਹੁਤੀ ਗਰੰਟੀ ਵੀ ਮਿਲ ਜਾਂਦੀ ਹੈ। ਵਪਾਰੀਆਂ ਦਾ ਮਾਲ ਹੈ ਅਤੇ ਜਿੱਥੇ ਜੇ ਚੌਥੇ ਚੌਥੇ ਥਾਂ ਮੱਝ ਵਿਕ ਜਾਂਦੀ ਆ, ਉਹਦਾ ਤੂੰ ਪੁੱਛ ਲੈਣਾ ਪਿਛਲੇ ਸਾਲ ਦੀ ਗਰੰਟੀ। ਉਹ ਕਹਿੰਦੇ ਪਹਿਲੇ ਸੂਏ ਦਿੱਤਾ ਜੀ 13-14 ਲੀਟਰ, ਪਹਿਲੇ 13-14 ਲੀਟਰ ਕਿਹੜੀ ਕੱਢਦੀ ਹੈ? ਪਰ ਤੂੰ ਜਿਹਨੂੰ ਮਰਜ਼ੀ ਪੁੱਛ ਲਾ, ਪਹਿਲੇ ਸੂਏ ਦਾ ਰਿਕਾਰਡ ਤੈਨੂੰ 13 ਲੀਟਰ ਤੋਂ ਘੱਟ ਪੁੱਜ ਜਾਂਦਾ ਨਾ। ਪਹਿਲਣ ਦੇ 10 ਲੀਟਰ ਜਿਹੜੀ ਕਰਦੀ ਉਹ ਬੜੀ ਚੰਗੀ ਹੈ, ਅਤੇ ਪਹਿਲਾਂ ਨਾਂ ਅਤੇ ਐਡਰੈਸ ਦੱਸਦੀ ਹੈ, ਮੁੜ ਕੇ ਤਾਂ ਲੋਕ ਸਤਾਉਂਦੇ ਵਾਲੇ ਆ। ਅਤੇ ਪਿੰਡ ਹੈਗਾ ਜੀ ਜੇਠੂਵਾਲ, ਜ਼ਿਲ੍ਹਾ ਅੰਮ੍ਰਿਤਸਰ, ਨਾਂ ਹੈਗਾ ਮੁਖਵਿੰਦਰ ਸਿੰਘ ਸੰਧੂ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਬਟਾਲਾ ਰੋਡ ਦੇ ਉੱਤੇ, ਬਟਾਲਾ ਗੁਰਦਾਸਪੁਰ ਪਠਾਨਕੋਟ ਉਹ ਰੋਡ ਦੇ ਉੱਤੇ ਪਹਿਲਾ ਦੂਜਾ ਪਿੰਡ ਹੀ ਆਪਣਾ। ਗੋਲਡਨ ਗੇਟ ਤੋਂ 10-12 ਕਿਲੋਮੀਟਰ ਹੈ, ਬਟਾਲੇ ਤੋਂ ਸਾਨੂੰ 25 ਕਿਲੋਮੀਟਰ, ਅੰਮ੍ਰਿਤਸਰ ਸਾਨੂੰ 12-13 ਕਿਲੋਮੀਟਰ, ਠੀਕ ਹੈ ਨਾ। ਅਤੇ ਜਿਹੜਾ ਕਿਸੇ ਭੈਣ ਭਰਾ ਨੇ ਲੈਣੀ ਹੋਵੇ ਵੀ ਪਹਿਲਾਂ ਵੀਡੀਓ ਚੱਜ ਨਾਲ ਵੇਖ ਲਿਆ ਕਰੋ ਫੋਨ, ਚਲੋ ਠੀਕ ਆ ਤਾਂ ਤੁਸੀਂ ਤਾਂ ਸਿਰਫ ਇੱਕ ਸਾਨੂੰ ਹੀ ਕਰਦਾ ਜੀ, ਅਸੀਂ ਤੁਹਾਡੇ ਸਾਰਿਆਂ ਦੇ ਸੁਣਨੇ ਹੁੰਦੇ। ਹਾਂ ਬਿਲਕੁਲ ਜੀ। ਸਮੱਸਿਆ ਜ਼ਿਆਦਾ ਆ ਜਾਂਦੀ ਆ, ਸਿਰਫ ਲੋਕ ਮੰਨ ਲਓ ਵੀ 100 ਫੋਨ ਆਉਂਦਾ ਅਤੇ ਇੱਕ ਬੰਦਾ ਮੱਝ ਲਈ, ਅਤੇ 90 ਬੰਦੇ ਜਿਹੜੇ 99 ਬੰਦੇ ਉਹ ਪੁੱਛਦੇ ਵੀ ਹਾਂਜੀ ਬਾਈ ਜੀ ਕਿੱਥੋਂ ਬੋਲਦੇ, ਕਿਹੜਾ ਪਿੰਡ ਆ। ਵੀਡੀਓ ਵੇਖਦੇ ਜੇ ਸਾਰੀ ਵੀਡੀਓ ਚੱਜ ਨਾਲ ਵੇਖਿਆ ਕਰੋ, ਡੰਗਰ ਚੰਗੀ ਤਰ੍ਹਾਂ ਵੇਖ ਲਿਆ ਕਰੋ, ਜੇ ਮਨ ਨੂੰ ਲੱਗੇ ਪਿੰਡ ਦੂਰ ਨੇੜੇ ਦਾ ਹਿਸਾਬ ਕਿਤਾਬ ਵੇਖ ਕੇ ਫਿਰ ਫੋਨ ਕਰਿਆ ਕਰੋ, ਹੈ ਨਾ। ਪਹਿਲਾਂ ਪਸ਼ੂ ਵੇਖ ਲਿਆ ਕਰੋ, ਉਹ ਪਹਿਲਾਂ ਦਾ ਉਹਦਾ ਵੀਡੀਓ, ਜਾਂ ਨਿਆਣੇ ਡਾਹ ਦਿੰਦੇ ਫੋਨ ਕਰਨ ਨੂੰ, ਪਹਿਲਾਂ ਉਹ ਆਪਣੀ ਭਾਪੇ ਨਾਲ ਗੱਲ ਕਰਾਉਂਦਾ, ਮੰਮੀ ਨਾਲ ਕਰਾਉਂਦਾ, ਸਾਡੇ ਕੋਲ ਬਹੁਤਾ ਟਾਈਮ ਨਹੀਂ ਹੁੰਦਾ। ਆਹ ਜਿਹੜਾ ਫੋਨ ਹੈ ਨਾ, ਇਹ ਸੰਦੀਪ ਸਿੰਘ ਚਲੋ ਸੁੱਖ ਦੇ ਦਾ ਬੜਾ ਹੈ, ਇਹ ਤਾਂ ਹਿਸਾਬ ਨਾਲ ਮੈਂ ਕਹਿੰਦਾ ਵੀ ਚੱਲ ਮੈਂ ਤਾਂ ਕਦੀ ਕਦਾਂ ਹੀ ਵੇਚਦਾ, ਜਿਹੜੇ 15-15 ਮਹੀਨੇ 20-20 ਵੇਚਦੇ ਆ, ਉਹ ਤਾਂ ਇਹ ਤਾਂ ਨਾ ਮਿੰਟ ਨਹੀਂ ਪਾਸੇ ਕਰਦਾ, ਬਿਲਕੁਲ। ਇਹ ਤਾਂ ਨਹਾਉਣ ਨੂੰ ਨਹੀਂ ਦਿੰਦਾ, ਰੋਟੀ ਵੀ ਨਹੀਂ ਖਾਣ ਦਿੰਦਾ, ਮੱਝ ਚੋਂਦਿਆਂ ਚੋਂਦਿਆਂ ਵੀ ਬਲੂਟੁੱਥ ਕੰਨ 'ਚ ਲਾਉਣਾ ਪੈਂਦਾ, ਪਤਾ ਨਹੀਂ ਕਿੱਥੇ ਆਉਣਾ। ਦੁਕਾਨ ਆ, ਦੁਪਹਿਰੇ ਘੜੀ ਲੰਮੇ ਪੈ ਜਾਈਏ ਤੇ ਤਾਂ ਵੀ ਉਸੇ ਬੰਦ ਨਹੀਂ ਹੋ ਸਕਦਾ, ਇਹ ਦੁਕਾਨਦਾਰੀ ਆ, ਨਾ ਹੀ ਬੰਦ ਹੀ ਕਰ ਸਕਦੇ, ਕਰੀਏ ਸ਼ੁਰੂ। ਹਾਂਜੀ ਹਾਂਜੀ। ਤੇ ਉਹ ਰਿਲੀ ਵੇਚਦੀ ਭਾਈ ਜੀ ਫਿਰ? ਹਾਂਜੀ, ਬੜੀ ਜ਼ਬਰਦਸਤ। ਉਹ ਮੱਝ ਬੜੀ ਚੰਗੀ ਸੀ, ਤੇ ਉਹ ਵੀਰ ਉੱਥੋਂ ਦਾ ਠੱਠੀ ਸੋਲ ਦਾ, ਹਾਂਜੀ, ਤੇ ਉਹ ਮੇਰੇ ਕੋਲ ਗੋਪੀ ਦਾ ਨਾਮ, ਉਹਨਾਂ ਨੇ ਖੜੀ ਆ ਪਰਸੋਂ ਖੜੀ ਮੱਝ, ਅਜੇ ਸੂਈ ਨਹੀਂ ਆ, ਤੇ ਹੁਣ ਵੀ ਨਹੀਂ ਸੂਈ ਅਜੇ, ਇੱਦਾਂ ਹੀ ਚੱਡਾ ਮੱਝ। ਪਰ ਆਪਾਂ ਸੰਦੀਪ ਸਾਹਿਬ ਬੜੇ ਪਰਤੇ 'ਚ ਮਹੀਂ ਦਿੱਤੀ ਉਹ ਜੀ ਮੱਝ, ਚਲੋ ਮੈਂ ਹੋਰ ਕਿਸੇ ਦਾ ਨਾਂ ਨਹੀਂ ਲੈਂਦਾ, ਪਰ 1.5-2 ਲੱਖ ਦੀ ਕਈ ਬੰਦੇ ਵੇਚ ਸਕਦੇ, ਜਿੱਦਾਂ ਅੱਜ ਕੱਲ੍ਹ ਸਪਲਾਈਆਂ ਚੱਲਣ ਡੀਆਂ ਨਾ, 15-15 ਮਿੰਟ ਇੱਕੋ ਮੱਝ ਦੇ ਦੁਆਲੇ ਕੈਮਰਾ ਘੁਮਾਈ ਜਾਂਦੇ ਆ, ਸਾਰਾ ਹੀ ਮਤਲਬ ਲੰਗ ਲਾਉਣਾ ਜਿੰਨਾ ਉਹਦੇ ਦੁਆਲੇ ਹੋ ਜਾਂਦਾ ਵੀ ਇਹਦਾ ਪੂਜ ਵੇਖੋ ਜੀ ਕੰਨ, ਜੇ ਉੱਦਾਂ ਕਰਦੇ ਤਾਂ ਭਾਵੇਂ ਉਹ ਮੱਝ 1.60 ਦੀ ਵੇਚ। ਬਿਲਕੁਲ ਜੀ। ਪਰ ਆਪਾਂ ਬੜੇ ਪਰਤੇ 'ਚ ਨਾ ਮਤਲਬ ਥੋੜ੍ਹੇ ਜਿਹੇ ਨਫੇ ਨਾ ਦਿੱਤੀ, ਐਵੇਂ ਮੂੰਹ ਮਿੱਠਾ ਹੀ ਕੀਤਾ ਵੀ, ਸਿਰਫ ਉਹਨੂੰ ਗਾਹਕ ਬਣਾਇਆ। ਬਿਲਕੁਲ ਜੀ। ਨਾਲ ਉਹਦੀ ਮਦਰ ਆਈ ਫਿਰ, ਜਦੋਂ ਲੇਡੀਜ਼ ਨਾਲ ਆ ਜਾਂਦੀ ਫਿਰ ਥੋੜ੍ਹਾ ਜਿਹਾ ਹੋਰ ਮਾਰਨਾ ਹੈ ਨਾ। ਚੰਗੀ ਮੱਝ ਇਹ ਬਾਈ ਜੀ, ਇਹ ਸੰਦੀਪ ਸਾਹਿਬ ਅੱਜ ਹੀ ਲਿਆਂਦੀ ਮੱਝ ਆਪਾਂ, ਦੂਜਾ ਸੂਆ ਜੀ, ਦੂਜਾ ਸੂਆ ਸੂਈ ਆ, ਹਾਂਜੀ, ਤੇ ਅਜੇ ਨਾ ਆਣ ਕੇ ਪੱਠਾ ਪੁੱਠਾ ਨਹੀਂ ਖਾਦਾ ਇਹਨੇ, ਲੱਕੀ ਜੀ ਆ, ਠੀਕ ਹੈ। 9 ਭੋਜਨਾ ਚੋਚਾ ਕੇ ਮੈਂ ਲਿਆਂਦੀ, ਪਾਉਣੀ ਨਹੀਂ ਵੀਡੀਓ 'ਚ, ਮੈਂ ਚੱਲ ਮੁੜ ਕੇ ਫਿਰ ਆਪਾਂ ਕਦੇ 15 ਦਿਨ ਆਪਣੀ ਵਾਰੀ ਆਉਣੀ। ਬੱਚਾ ਕੱਟਾ ਜੀ? ਕੱਟੀ ਜੇ ਮਗਰ, ਕੱਟੀ ਮਗਰ, ਬੱਚਾ ਮਗਰ ਕੱਟੀ ਆ। ਦੁੱਧ ਹੁਣ 9 ਹੋ ਜੇ, 10 ਹੋ ਜੇ,
ਮਤਲਬ ਹੁਣ ਅੱਜ ਚਵਾਈ ਕਰਕੇ ਪਤਾ ਲੱਗ ਜੂਗਾ ਸਵੇਰ ਨੂੰ ਦੱਸ ਦੂੰਗਾ ਖੋਲੀ ਭਾਈ ਜੀ ਲੋ ਜੀ ਵੇਖੋ ਘਰਾਂ ਦੇ ਤੇ ਵੱਡੇ ਆ ਜੀ ਪੂਰੀ ਸਾਰੀਆਂ ਜਵਾਨੀਆਂ ਹੈਗੀਆਂ ਜੀ ਥੱਲੇ ਵਾਲੀਆਂ ਪਿੱਛੇ ਵਾਲੀਆਂ ਉੱਤੇ ਵਾਲੀਆਂ ਅੱਖਾਂ ਵੀ ਜਿਹੜੀਆਂ ਚਲੋ ਲੋਹਾ ਵਿੱਚ ਸਾਰੇ ਨਿਸ਼ਾਨ ਹੈਗੇ ਹੋਰ ਲੋਕਾਂ ਦੇ ਕੱਦ ਵਜਨ ਪੂਰਾ ਵਾ ਜੰਮੀ ਪਲੀ ਪੂਰੀ ਆ ਦੁੱਧ 11-12 ਲੀਟਰ ਕੱਢੀ ਜਾਓ ਨੀਲੀ ਮੱਝ ਚੱਜ ਦੀ ਲੱਭਦੀ ਨੀ ਕਦੇ ਓਦਾਂ ਵੀ ਜਿੱਡੀ ਮੱਝ ਆਪਾਂ ਚਾਹੁੰਦੇ ਹਾਂ ਘੱਟੋ ਘੱਟ 15 ਲੀਟਰ ਵਾਲੀ ਚਾਹੀਦੀ ਆ ਇਹ ਦੁੱਧ ਵੀ ਜੀ ਇਹਨੇ 11-12 ਲੀਟਰ ਕੱਢੀ ਜਾਣਾ ਰਾਜੀ ਰੋਜੀ ਪੂਰੀ ਸਿਰਫ ਮੇਰੇ ਕੋਲ ਆ ਗਿਆ ਜੇ ਪੱਠੇ ਨਹੀਂ ਖਾਧੇ ਇਹਨੇ ਜੀ ਨਹੀਂ ਲਾਇਆ ਤੇ ਇਹ ਸੰਦੀਪ ਸਿੰਘ ਆਪਣਾ 95,000 ਦੇ 95,000 ਹਾਂਜੀ ਘਰ ਦੇ ਵਿੱਚ ਮਾਨ ਤਾਂ ਥੋੜ੍ਹਾ ਜਿਹਾ ਇਹ 92,000 92,000 ਹਾਂਜੀ ਚਲੋ ਬਿਲਕੁਲ ਜੈ ਜੇਬਾ ਹਾਂਜੀ ਵੱਡੀ ਝੋਟੀ ਨਿੱਕੀ ਨਹੀਂ ਜੀ ਆਹ ਸੰਦੀਪ ਸਿੰਘ ਸੂਈ ਨੂੰ ਹੋ ਗਏ ਅੱਜ 5-6 ਦਿਨ ਤੇ ਇਹਦੇ ਥੱਲੇ ਦੁੱਧ ਹੈਗਾ ਜੇ 12 ਲੀਟਰ ਆਇਆ ਹੋਵੇ ਅੱਛਾ ਪਤਲੇ ਚੰਮ ਦੀ ਝੋਟੀ ਆ ਬੱਚਾ ਬੰਨਣ ਨਾਲ ਥੋੜੀ ਜਿਹੀ ਪਸੰਦੀ ਗਾੜੀ ਵੇਖੋ ਖਾਣ ਖੂਨ ਕਿੱਦਾਂ ਖਾਣ ਵੇਖੋ ਹੁਣ ਬਾਈ ਨੇ ਫਿਰ ਕਹਿ ਦੇਣਾ ਕਿ ਖਾਣ ਖਾਣ ਵਾ ਕੇ ਖਾਣ ਇਹ ਨੋ ਵਾਲਾ ਖਾਣ ਜੇ ਸੁੰਬਾ ਥੋਣੀ ਸੁੰਬਾ ਖਾਣ ਫਿਰੇ ਕਿ ਸਿੰਪਲ ਦਾ ਤੇ ਮੂੰਹ ਵੇਖ ਵੀਰੇ ਦਾ ਝੋਟੀ ਦਾ ਮੂੰਹ ਤੇ ਜੈਡ ਵਾਲਾ ਝੋਟੀ ਨਸਲ ਕੋਈ ਬੱਚੀ ਕੋਈ ਝੋਟੀ ਪਤਲੇ ਚੰਮ ਦੀ ਝੋਟੀ ਬੋਲੋ ਵੀਰੇ ਇਹਨੂੰ ਬੋਲੇ ਵੀਰ ਜੀ ਦੁੱਧ 12 ਲੀਟਰ ਕੱਟੀ ਇਹਦੇ ਨਹੀਂ ਕੱਟਾ ਮਾਰ ਦੇ ਚਵਾਈ 1 ਨੰਬਰ ਆ ਪੂਰੀ ਵਧੀਆ ਪੋਲੀ ਤੇ ਦੁੱਧ ਆਏ ਹੋਲੇ 12 ਲੀਟਰ ਹੈਗਾ ਜੀ ਝੋਟੀ ਕਰਤੂਤ ਵਾਲੀ ਆ ਦੁੱਧ 2 ਲੀਟਰ ਹੋਰ ਵਧਾ ਦੂੰਗੀ ਚੰਗੀ ਆ ਤੇ ਚਾਰੂ ਚੂਰੂ ਬੜੀ ਆ ਪੂਰੀ ਰੱਜੀ ਪਈ ਵੇਖ ਲਓ ਵੰਡ ਵੁੰਡ ਜਿਹੜਾ ਮਰਜ਼ੀ ਖਾਈ ਆ ਬੰਦਾ ਮੇਰਾ ਭਗੌੜਾ ਹੋ ਗਿਆ ਮੈਂ ਅੱਜ ਹੀ ਰੱਖਿਆ ਨਾ ਅੱਜ ਹੀ ਲਿਆਂਦਾ ਹਾਂਜੀ ਮੁੰਡਾ ਆ ਬੀਬਾ ਥੋੜਾ ਜਿਹਾ ਅਜੇ ਝੋਟੀ ਵੇਚਣੀ ਨਸਲ ਆ ਬਾਜੀ ਪੂਰੀ ਝੋਟੀ ਦੇ ਖੜਨਾ ਵੇਖਿਆ ਝੋਟੀ ਦੇ ਹੁਣ ਤੇ ਚਲੋ ਕੀ ਕਹਿਣਾ ਮੁੜ ਕੇ ਇਹਦਾ ਚਮੂਮੇ ਬੜੇ ਲੜਦੇ ਸਾਰਿਆਂ ਨੂੰ ਰਾਖੀ ਦਾ ਨਾ ਕੁਝ ਬੰਦੇ ਤਾਂ ਹੈਗੇ ਆ ਲਿਆਉਂਦੇ ਆ ਹਰਿਆਣੇ ਹਾਂਜੀ ਹਾਂਜੀ ਸਾਨੂੰ ਪਤਾ ਉਹਨਾਂ ਦਾ ਹਾਂਜੀ ਹਾਂਜੀ ਉਹਦੇ ਝੋਟੀਆਂ ਲਿਆਉਂਦੇ ਚਲੋ ਚੰਗੀ ਗੱਲ ਆ ਹਾਂਜੀ ਤੇ ਕਈ ਮੇਰੇ ਵਰਗੇ ਬਿਆਸ ਵੀ ਨਹੀਂ ਟੱਪੇ ਤੋਂ ਵੀ ਜਾਂਦੇ ਅਜੇ ਰਾਤੀ ਆਈਆਂ ਜੀ ਹਨਾ ਤੇ ਇੱਥੋਂ ਕੋਟਮੌਲੀ ਤੋਂ ਲਿਆ ਕੇ ਤਾਂ ਆਖਣਾ ਵੀ ਹਰਿਆਣੇ ਵਾਹੀ ਆ ਝੋਟੀਆਂ ਰਾਤੀ ਆਈਆਂ ਅਜੇ ਮਹਾਰਾਜ ਜ਼ਿਆਦਾ ਦੇਵੇ ਉਹਨਾਂ ਨੂੰ ਬਿਲਕੁਲ ਬਾਕੀ ਇਹ ਗੱਲ ਆ ਵੀ ਲੋਕਾਂ ਨੂੰ ਨਾ ਗੁਮਰਾਹ ਨਾ ਕਰੇ ਕੋਈ ਵੀ ਜੋ ਹੈਗਾ ਸੱਚ ਦੱਸੋ ਜ਼ਿਆਦਾ ਚਿਰ ਨਹੀਂ ਕੰਮ ਚੱਲਦਾ ਬਿਲਕੁਲ ਇਹ ਸੰਦੀਪ ਸਿੰਘ ਆਪਾਂ ਝੋਟੀ ਜਿਹੜੀ ਆ ਨਾ ਇਹ ਉੱਦਾਂ ਇਹਦਾ ਮੁੱਲ ਤੇ ਜਿੰਨਾ ਮਰਜ਼ੀ ਕਰੀਏ 1,10,000 ਦੇਣੇ ਹਾਂਜੀ ਉਹ ਚ ਮਾਨ ਤਾਨ ਕਰਦਾ ਕਰ ਦਿੰਦੇ ਅਸੀਂ ਮਤਲਬ ਕੋਈ ਫੋਨ ਕਰੇ ਸਹੀ ਜੀ ਪੱਕੀ ਨਹੀਂ ਗੱਲ ਪੱਕੀ ਨਹੀਂ ਗੱਲ ਖੁੱਲਾ ਇਮਾਨਦਾਰ ਕਰ ਦਿੰਦੇ ਖੁੱਲਾ ਕਰ ਦਿੰਦੇ ਲਓ ਜੀ ਆਹ ਸੰਦੀਪ ਵੇਖ ਝੋਟੀ ਆ ਬਾਜੀ ਗੱਪਣਾ ਗੱਪਣਿਆ ਅਜੇ ਦਿਨ ਮੇਰੇ ਹਿਸਾਬ ਨਾਲ 10 ਲੈ ਜੂਗੀ ਹਰਿਆਣੇ ਦੀਆਂ ਮਹੀਆਂ ਦੇ ਵਿੱਚ 100 ਮੱਝ ਦੇ ਵਿੱਚ ਵੀ ਹੋਵੇ ਤੇ ਕੰਨੀ ਦੇ ਮੱਝ ਵੱਜੂਗੀ ਬਿਲਕੁਲ ਹਰਿਆਣੇ ਦੀ ਮਹੀਆਂ ਦੇ ਵਿੱਚ 100 ਮਹੀ ਦੀ ਕੰਨੀ ਦੇ ਵੱਜਣ ਵਾਲੀ ਮਹੀ ਆ ਜਿੱਦਾਂ ਖੁਰਲੀ ਤੇ ਬੰਦ ਨੀ
ਸ਼ਿੰਗਾਰ ਸ਼ਿੰਗਾਰ ਇਹ ਉਹ ਚੋਟੀ ਆ ਅਜੇ ਇਹਨੇ ਸੁਣਾ ਨਹੀਂ ਆ ਮੇਰੇ ਕੋਲ ਆਈ ਨੂੰ ਵੀ 10-12 ਦਿਨ ਹੋ ਗਏ ਅਜੇ 10-12 ਦਿਨ ਹੋਰ ਕੱਢ ਜਾਣੇ ਇਸ ਝੋਟੀ ਦੀ ਮੈਂ ਕੋਈ ਵੀਰ ਮੇਰੇ ਕੋਲ ਲੈ ਜਾਏ ਗਰੰਟੀ ਲਿਖ ਕੇ ਮੈਂ 18 ਲੀਟਰ ਦੁੱਧ ਦਊਂ ਵੱਧ ਕੱਢ ਕੇ ਮੈਨੂੰ ਪਤਾ ਇਹਨੇ 20 ਕਰ ਦੇਣਾ 18 ਲੀਟਰ ਦੁੱਧ ਇਹਦਾ ਮੈਂ ਲਿਖ ਕੇ ਦਊਂਗਾ ਮੇਰੇ ਕੋਲ ਖਾ ਲਏ ਠੀਕ ਆ ਜਿੱਥੋਂ ਆਈ ਆ ਮੈਂ ਤੁਹਾਨੂੰ ਬੰਦੇ ਮਿਲਾ ਦੂੰਗਾ ਮਤਲਬ ਉਹਨਾਂ ਦੀ ਮਜਬੂਰੀ ਇਹੋ ਹੀ ਆ ਬੱਚੇ ਬੱਚੇ ਅੱਜ ਕੱਲ੍ਹ ਬਾਹਰ ਜਾਈ ਉਹਨਾਂ ਕੋਲ 3-4 ਝੋਟੀਆਂ ਸਾਰੀਆਂ ਇੱਕੇ ਕੋਈ ਇਹਦੀ ਮਾਸੀ ਕੋਈ ਇਹਦੀ ਮਾਂ ਬਾਈ ਇਹ ਮਹੀਨੇ ਸੰਦੀਪ ਸਾਹਿਬ ਨਾਲ ਦੁੱਧ 18 ਲੀਟਰ ਕੱਢਿਆ ਤੇ ਫਿਰ ਕਿੰਨੇ ਕਰਨਾ ਇਹ ਬਾਕੀ ਗੱਲ ਸਹੀ ਕਹਿੰਦਾ ਜੀ ਝੋਟੀ ਬਹੁਤ ਜ਼ਿਆਦਾ ਕੰਮ ਦੀ ਇਹ ਦੇ ਨਾ ਵੇਖਦਾ ਮੂੰਹ ਮੜਾਂਗਾ ਤੇ ਕਾਲੀ ਸ਼ਾਹ ਛੋੜ ਕਰ ਲੱਗ ਗਿਆ ਤੋੜ ਦੋ ਜੀ ਸੰਦੀਪ ਸਾਹਿਬ ਤੇ ਇਹ ਜਦੋਂ ਮੈਂ ਪਾਸ ਵੀ ਕੀਤੀ ਆ ਨਾ ਮਹੀਨੇ ਹਾਂਜੀ ਦੋ ਹੱਥਾਂ ਨਾਲ ਮਤਲਬ ਇੱਦਾਂ ਮੈਂ ਚੋਈ ਆ ਤੇ ਐਡੀ ਐਡੀ ਮੋਟੀ ਧਾਰ ਇਹ ਮਹੀਨੇ ਵਿੱਚ ਕੋਈ ਵੀ ਕਾਜ ਹੋਵੇ ਮੈਂ ਜ਼ਿੰਮੇਵਾਰ ਹਾਂ ਮੱਝ ਵਾਪਸ ਭੇਜ ਦੇਵਾਂ ਠੀਕ ਆ ਜਿਹੜਾ ਬੰਦਾ ਵੀ ਖੜੂਗਾ ਦੁੱਧ ਘੱਟ ਕੱਢੇ ਤਾਂ ਵੀ ਵਾਪਸ ਆਪਾਂ ਬਿਲਕੁਲ ਆਹ ਚੀਜ਼ ਜਿਹੜੀ ਰਿਕਾਰਡ ਹੋਣ ਡਈ ਆਪਣੇ ਰਹਿੰਦੀ ਦੁਨੀਆ ਤੱਕ ਹੀ ਰਹਿ ਜਾਣੀ ਬਿਲਕੁਲ ਜੀ ਠੀਕ ਹੈ ਨਾ ਗੱਲ ਇਹ ਨਹੀਂ ਐਵੇਂ ਮੈਂ ਆਖੀ ਜਾਵਾਂ ਵੀ ਆਓ ਅਤੇ ਜਾਓ ਦੁੱਧ ਨਾ ਦੇਵੇ ਮਹੀਂ 18 ਲੀਟਰ ਦੀ ਆਪਣੀ ਗਰੰਟੀ 20 ਵੀ ਕੋਈ ਕਰ ਸਕਦਾ ਚਾਰੂ ਪੂਰੀ ਆ ਵੰਡ ਵੜੇਵਾਂ ਪੂਰਾ ਖਾਂਦੀ ਚੰਗੇ ਘਰੋਂ ਆਈ ਆ ਇਹ ਸੰਦੀਪ ਸਾਹਿਬ ਉੱਦਾਂ ਮੱਝ ਜੀਏ ਤੇ ਹੋਵੇ ਉੱਧਰ ਹਰਿਆਣੇ ਹਰੂਣੇ ਤੇ ਭਾਵੇਂ ਉਹ ਜੀ ਦਾ 3 ਲੱਖ ਵੀ ਮੰਗੀ ਜਾਂਦੇ ਆਪਾਂ ਵੀਡੀਓ ਵੇਹਨੇ ਹਰਿਆਣੇ ਵਾਲੇ ਦੀ ਬਿਲਕੁਲ ਤੇ ਮੱਝ ਦਾ ਮਤਲਬ ਮੁੱਲ ਚਲੋ ਇੱਥੇ ਵੀ ਜੇ ਕਿਸੇ ਕੋਲ ਹੋਵੇ ਤੇ 2 ਲੱਖ ਰੁਪਈਆ ਮੁੱਲ 2 ਲੱਖ ਆਪਾਂ ਨਾ 2 ਦੀ ਦੇਣੀ ਨਾ 2.5 ਦੀ 1 ਲੱਖ ਤੇ 60,000 ਦੀ ਮਹੀਂ ਦੇਣੀ ਜੇ ਵਿਕੀ ਤੇ ਵੇਚਾਂਗੇ ਨਹੀਂ ਉਹ ਤੋਕੜ ਤਾਕੜ ਵੇਚ ਕੇ ਤੈਨੂੰ ਘਰ ਲਾ ਲਾਂਗੇ ਬਸ ਠੀਕ ਹੈ 1,60,000 ਦੀ ਦੇਣੀ ਹੈ ਕਰਦਾ ਜੇ ਮਾਨਤਾ ਨੂੰ ਚੁੱਪ ਫੋਨ ਵੀਰ ਕਰੇ ਚਲੋ ਠੀਕ ਹੈ ਝੋਟੀ ਦੁੱਧ ਦੀ ਸਾਰੇ ਕੰਮਾਂ ਦੀ ਮੇਰੀ ਗਰੰਟੀ ਹੈ ਠੀਕ ਚਾਹਾ ਜੀ ਆਹ ਸੀ ਤਾਂ ਵੇ ਹੁਣ ਇਹਨੂੰ ਵੀ ਕਹੀ ਆਪਾਂ ਮੇਰੇ ਹਾਂ ਆਈ ਇਹਦਾ ਵੇ ਚਾਹ ਇਹਦਾ ਕਿੱਡੀ ਮੈਂ ਜਨਮ ਵੇ ਚਾਹ ਕਿਦਾਂ ਦਾ ਐ ਕਿਦਾਂ ਤੇ ਮੇਲੇ ਖੜੀ ਨਹੀਂ ਮਈਆਂ ਗਰੇ ਨਾਈਟ ਟਾਇਲ ਹੀ ਲੱਗੀ ਦੀ ਬਾਥਰੂਮ ਦੇ ਵਿੱਚ ਉਦਾਂ ਦੀ ਆ ਇੱਕ ਬਾਲਟੀ ਪਾਣੀ ਦੀ ਸੁੱਟਦੀ ਇਹਨਾਂ ਦੇ ਸਾਰੀ ਥਾਂ ਤੱਕ ਐ ਆਈਂਦੀ ਕਿਤੇ ਹਾਂਜੀ ਹਾਂਜੀ ਤੇ ਜੀ ਕਰਦਾ ਨਵਾਈ ਜਾਈ ਇਹਨੂੰ ਇਹ ਵੀ ਤਾਜੀ ਸੂਈ ਹੈ ਬੱਚਾ ਜੀ ਕਿਤਾ ਹਾਂਜੀ ਨਾਰੂ ਨਾਲ ਹੀ ਲੱਥ ਗਈ ਹੈ ਅਜੇ ਬੋਲੀ ਬਣਦੀ ਆ ਹੁਣ ਤੱਕ ਬੋਲੀ ਬਣਦੀ ਹੈ ਜੀ ਲੇਵਾ ਇਹਦਾ ਬਜੀ ਦਰਾ ਮੜਾ ਜੀ ਥੋੜਾ ਫਿਜਾ ਦੀ ਸਾਫ ਸੁਥਰਾ ਡੰਗਰ ਲਿਆਉਣ ਦੀ ਕੋਸ਼ਿਸ਼ ਹੁੰਦੀ ਆਪਣੀ ਮੈਂ ਵੇਖੋ ਐਵੇਂ ਚ ਲੇਵੇ ਹਨ ਜੀ ਦੁੱਧ ਕਰਦਾ ਮੈਂ ਇਹਨਾਂ ਨੂੰ ਕੋਈ ਟਾਈਮ ਟੂਮ ਨਹੀਂ ਜੇ ਲੱਗਾ ਮੱਝਾਂ ਨੂੰ ਡੰਗ ਦੀ ਚਵਾਈ ਹੋਈ ਸਵੇਰ ਦੀ ਬੋਲੋ ਜੀ ਵੀ ਲਓ ਜੀ ਦੁੱਧ ਇਹਦੇ ਥੱਲੇ ਹੋਣਾ ਹੈ ਕੋਲੇ ਬੋਲਾ ਹੀ ਆ ਜੀ ਬੋਲੋ ਜੀ ਸਟਾਰਟਿੰਗ 11-12 ਲੀਟਰ ਤੋਂ ਹੋਈ ਹੈ ਠੀਕ ਆ ਹਾਂਜੀ ਦੁੱਧ ਚਾਰੂ ਆ ਮਈ ਇਹ ਮੱਝ ਦੀ ਦੁੱਧ ਦੀ 14-15 ਲੀਟਰਾਂ ਦੀ ਗਰੰਟੀ ਲਓ ਜੀ ਵੀ ਵੇਖ ਲਓ ਠੇਕੇਦਾਰ ਵੱਡੀ ਬੁਈ ਜ਼ਬਰਦਸਤ ਤੁਹਾਡੀ ਰਾਜ ਮਿਸਤਰੀ ਦਾ ਕੰਮ ਕਰਦਾ ਉਹ ਅੱਛਾ ਠੀਕ ਲੈ ਜਾਓ ਲੈ ਜਾਓ
ਬਰੀਡ ਵਾਲੀ ਝੋਟੀ ਹੈ ਬਹੁਤ ਵੱਡੀ ਹੈ ਤੇ ਸੂਆ ਦੂਜਾ ਹੱਦ ਚਲੋ ਤੀਜਾ ਵੀ ਹੋ ਤਾਂ ਵੀ ਕੋਈ ਨਹੀਂ ਹਾਂਜੀ ਹਾਂਜੀ ਤੇ ਚਵਾਈ ਇਹਦੀ ਇੱਕ ਨੰਬਰ ਪੋਲੀ ਮੋਟੀ ਧਾਰ ਤੇ ਸੀਲ ਪੂਰੀ ਵੇਖ ਲਾ ਇਹ ਕਿੱਡੀ ਮਹੀ ਆ ਉਹਦੇ ਨਾਲ ਕੈਮਰਾ ਮਾਰੋ ਇਹਦੇ ਨਾਲੋਂ ਵੀ ਗਿੱਠ ਉੱਚੀ ਆ ਠੀਕ ਨਹੀਂ ਗੱਲ ਬਿਲਕੁਲ ਮੇਰੇ ਸਾਰੀਆਂ ਮੱਝਾਂ ਨਾਲੋਂ ਆ ਝੋਟੀ ਜਿਹੜੀ ਉੱਚੀ ਆ ਤੇ ਇਹ ਵੀ ਵੇਖੋ ਪੂਰੀ ਪਾਸਾ ਤੇ ਸਾਰੀ ਵਧੀਆ ਬਰੀਡ ਹੈ ਉਸ ਪਾਸ ਨੂੰ ਜਿਹੜੀ ਗੰਢ ਮਾਰ ਕੇ ਵੀ ਵੱਜਦੀ ਇੱਦਾਂ ਕਰਕੇ ਫਿਰ ਇਹੋ ਜਿਹੀ ਮਹੀਆਂ ਸੁੱਤਣ ਕੱਢਣਗੇ ਫਿਰ ਕਿਹੜੀ ਪਤਲਾ ਚਾਮ ਜੇ ਸਹੀ ਹੋ ਜਾਂਦੀ ਹੱਥ ਫੇਰਾ ਕੀ ਕਰਦਾ ਹੈ ਕਿਤੇ ਜਿੱਦਾਂ ਕਿਤੇ ਕੀ ਹੋਵੇ ਕਰੀਮ ਲਾਈ ਹੁੰਦੀ ਇੱਦਾਂ ਦੀ ਇਹ ਇਹ ਵੀ ਦੁੱਧ 15-14 ਲੀਟਰ ਕੱਢੂਗੀ ਇਹ ਨਾ ਮੱਝ ਆਪਾਂ ਦੇ ਦਾਂਗੇ ਇੱਕ ਵੀਰ ਜੀ ਯੂਟਿਊਬ ਚੱਲੀ ਆ ਯੂਟਿਊਬ ਦੇ ਉੱਤੇ ਨਾ ਜਿੱਦਾਂ ਆਪਾਂ ਚੈਨਲ ਬਣਾਏ ਉਹਨਾਂ ਨੇ ਵੀ ਬਣਾਏ ਆ ਕੋਈ ਯਾਦਵ ਡੇਰੀ ਫਾਰਮ ਬਣਿਆ ਬਣਿਆ ਉਹ ਹੈਗੇ ਜੀ ਡਿਫਾਲਟਰ ਬੰਦੇ ਉਹ ਚੰਗੀ 2.5-3 ਲੱਖ ਵਾਲੀ ਮਹੀਂ ਪਾ ਕੇ ਨਾ ਵੀਡੀਓ ਦੇ ਵਿੱਚ ਤੇ ਉਹਦਾ ਮੁੱਲ ਨਾਲ ਬੋਲੀ ਜਾਂਦੇ ਆ ਆ ਮੈਂ ਕਿ ਨੀਚੇ 15 ਲੀਟਰ ਦੁੱਧ ਹੈ ਆਪਕੋ 70,000 ਕੀ ਦੇਣਗੇ ਇੱਦਾਂ ਦੇ ਵਿੱਚ ਬੋਲਦੇ ਆ ਠੀਕ ਆ ਉਹ ਮੁੱਲ ਪਾਉਂਦੇ 70,000 ਸਾਡੇ ਅਰਗੇ ਵੇਖ ਲੈਂਦੇ ਇੰਨਾ ਚੱਡਾ ਮੱਝ ਦਾ 70,000 ਦੀ ਮਾੜੀ ਫਿਰ ਉਹਨਾਂ ਨੂੰ ਫੋਨ ਕਰੋ ਉਹ ਕਹਿੰਦੇ ਪੈਸੇ ਤੁਸੀਂ ਉਦੋਂ ਦਿਓ ਜਦੋਂ ਤੁਹਾਡੇ ਘਰ ਮੱਝ ਪਹੁੰਚ ਜੂਗੀ ਜਦੋਂ 70,000 ਜਦੋਂ ਇਹ 15 ਲੀਟਰ ਦੁੱਧ ਦਊਗੀ ਤਾਂ ਫਿਰ ਪੈਸੇ ਦੇ ਦਿਓ ਨਹੀਂ ਤਾਂ ਨਾ ਦਿਓ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਸਿਰਫ 5,000 ਰੁਪਈਆ ਟਰਾਂਸਪੋਰਟ ਦਾ ਪਾਉਣਾ ਗੱਡੀ ਦੇ ਪੈਸੇ ਪਾਓ ਉਹ ਟਰਾਂਸਪੋਰਟ ਦੇ ਪੈਸੇ ਪਾਉਂਦੇ ਜੇ 5,000 ਰੁਪਈਆ ਜਾਂ ਉਹਨਾਂ ਨੇ ਕੀ ਕਰਨਾ ਵਾ ਸ਼ਾਹੀ ਆੜ ਗਾਈ ਜਿਹੜੀ ਚੰਗੀ ਮਤਲਬ ਲੱਖ ਸਵਾ ਲੱਖ ਚੰਗੀ ਟੋਪ ਦੀ ਜਿਹੜੀ ਆ ਉਹ ਉਹਨਾਂ ਨੇ ਉਹਦੀ ਵੀਡੀਓ ਪਾਉਂਦੇ ਆ ਤੇ ਮੁੱਲ ਉਹਨਾਂ ਪਾਉਣਾ 35,000 ਤੇ 40,000 ਉਹਨਾਂ ਨੇ ਯੂਟਿਊਬ ਬਣਾਇਆ ਪਹਿਲਾਂ ਤਾਂ ਹੈਗੇ ਸਿਰਫ ਉਹ ਗਰੁੱਪ ਹੀ ਫੇਸਬੁੱਕ ਤੇ ਹੁਣ ਉਹਨਾਂ ਨੇ ਯੂਟਿਊਬ ਚੈਨਲ ਬਣਾ ਲਏ ਕਮੈਂਟ ਕੀਤੇ ਆ ਬੰਦ ਬੰਦ ਕਮੈਂਟ ਤੇ ਕਿਸੇ ਨੂੰ ਬੰਦ ਕਰਨੇ ਨਹੀਂ ਚਾਹੀਦੇ ਕਮੈਂਟ ਹੈਗੀ ਆ ਚੈਨਲ ਦੀ ਫੀਡਬੈਕ ਬਿਲਕੁਲ ਇੱਥੋਂ ਪਤਾ ਲੱਗਦਾ ਵੀ ਤੁਸੀਂ ਕੰਮ ਕਿਹੋ ਜਿਹਾ ਕਰਨ ਗਏ ਹਾਂਜੀ ਹਾਂਜੀ ਕਮੈਂਟ ਉਹਨਾਂ ਬੰਦ ਕੀਤੇ ਆ ਉਹ ਵੀਰ ਜੀ ਉਹਨਾਂ ਠੱਗੀਆਂ ਤੋਂ ਬਚੋ ਬਿਲਕੁਲ ਠੱਗੀ ਕਦੋਂ ਵੱਜਦੀ ਆ ਠੱਗੀ ਉਦੋਂ ਸਾਡੇ ਫਾਦਰ ਸਾਹਿਬ ਚਲੋ ਹੈਗੇ ਅਨਪੜ੍ਹ ਹੀ ਬੜੇ ਸਿਆਣੇ ਉਹ ਆਉਂਦੇ ਹੁੰਦੇ ਸੀ ਜਿੰਨਾ ਚਿਰ ਤੱਕ ਲਾਲਚੀ ਬੰਦਾ ਜੀਂਦਾ ਨਾ ਉਨਾ ਚਿਰ ਤੱਕ ਠੱਗ ਭੁੱਖਾ ਨਹੀਂ ਮਰਦਾ ਬਿਲਕੁਲ ਫਿਰ ਸੁਣ ਲਓ ਜਿੰਨਾ ਚਿਰ ਤੱਕ ਲਾਲਚ ਹੈਗਾ ਨਾ ਉਨਾ ਚਿਰ ਤੱਕ ਠੱਗ ਬੰਦੇ ਦਾ ਰੋਟੀ ਪਾਣੀ ਚੱਲੀ ਆ ਚੱਲੀ ਆ ਲਾਲਚ ਸਾਡੇ ਮਨ 'ਚ ਆ ਗਿਆ ਨਾ ਐਡੀ ਮੱਝ ਆ ਯਾਰ ਐਡਾ ਲੇਵਾ ਆ 70,000 ਦੀ ਮਿਲਣ ਦੀ ਦੇਣਾ ਤਾਂ ਆਪਾਂ 5,000 ਹੀ ਆ ਤੇ ਠੱਗ ਦੀ ਠੱਗੀ ਚੱਲ ਗਈ ਚੱਲ ਗਈ ਆਪਣੇ ਜਦੋਂ ਮਨ 'ਚ ਲਾਲਚ ਆਉਂਦਾ ਨਾ ਇੱਥੇ ਵੀ ਉਹ ਕੁਝ ਹੋਣ ਡਿਆ ਜਦੋਂ ਅਸੀਂ ਵੇਹਦੇ ਨਾ ਦੁੱਧ 14 ਲੀਟਰ ਦੱਸਣ ਡਿਆ ਭਾਗੂ ਤੇ ਮੁੱਲ ਦੱਸਣ ਡਿਆ ਸਾਰਾ 80,000 ਪਾ ਦੋ ਖਾਤੇ 'ਚ ਪੈਸੇ ਮੁੜ ਕੇ ਸਾਈ ਨਹੀਂ ਮੁੜਦੀ ਰੋਂਦੇ ਰਹਿੰਦੇ ਆ ਜਿੰਨਾ ਚਿਰ ਠੱਗ ਬੰਦਾ ਉਨਾ ਚਿਰ ਜੀਂਦਾ ਹੀ ਰਹੂਗਾ ਜਿੰਨਾ ਚਿਰ ਲਾਲਚੀ ਬੰਦਾ ਹੈ ਬਿਲਕੁਲ ਲਾਲਚ ਦੇ ਵਿੱਚ ਆ ਕੇ ਥੋੜ੍ਹੀਆਂ ਜਿਹੀਆਂ ਅੱਖਾਂ ਘੇੜਿਆ ਕਰੋ ਇਹੋ ਜਿਹੀ ਮੱਝ ਸਾਨੂੰ ਕਹਾਉਣ ਦੂ ਮੇਰੇ ਕੋਲ ਬੜੇ ਬੰਦੇ ਮੈਨੂੰ ਫੋਨ ਕਰਦੇ ਜੀ ਬਾਈ ਅਸੀਂ 5,000 ਰੁਪਈਆ ਪਾ ਦਿੱਤਾ ਫਿਰ ਉਹ 5 ਤੇ ਵੀ ਨਹੀਂ ਟਲਦੇ ਕਈ ਵੀ ਨਹੀਂ ਫਿਰ ਉਹ ਕਹਿੰਦੇ ਗੱਡੀ ਤੁਰ ਪਈ ਆ ਡਰਾਈਵਰ ਦੇ ਪਾਸ ਪੈਸਾ ਕੰਮ ਹੈ ਥੋੜ੍ਹਾ ਹੋਰ ਡਾਲ ਦਿਉ 5,000 ਰੁਪਈਆ ਹੋਰ ਪਾ ਦਿਉ ਐਂ ਕਰਦੇ ਫਿਰ ਉਹ ਕਹਿੰਦੇ ਅੰਬਾਲੇ ਗੱਡੀ ਆ ਗਈ ਆ ਉਹਦਾ ਇੰਜਨ ਖੁੱਲ੍ਹ ਗਿਆ ਵਾ 10,000 ਰੁਪਈਆ ਹੋਰ ਪਾ ਦਿਉ ਬੜੇ ਪੈਸੇ ਪਾਉਂਦੇ ਜੀ ਉਹਨਾਂ ਕੋਲ ਭਰਾਓ ਬਜੋ ਆਹ ਜਿਹੜੇ ਚੈਨਲ ਹੈ ਇਹਨਾਂ ਦੇ ਕੋਈ ਵੀ ਚੈਨਲ ਮੈਂ ਇਹ ਚਲੋ ਆਡਾ ਤੇ ਸੰਦੀਪ ਦਾ ਹੈਗਾ ਹੈਗਾ ਕੋਈ ਵੀ ਜਿਹੜੇ ਆਹ ਚੈਨਲ ਨਾ ਜਿਹੜੇ ਸਰੇਆਮ ਗੱਲਾਂ ਕਰਨ ਡਿਆ ਬੰਦੇ ਉਹਨਾਂ ਦਾ ਚੈਨਲ ਸਹੀ ਹੁੰਦਾ ਜਦੋਂ ਗੱਲ ਹੀ ਨਹੀਂ ਸਰੇਆਮ ਕੋ ਕਰਨ ਡਿਆ ਬੈਕ ਤੋਂ ਗੱਲ ਕੋਈ ਹੁੰਦੀ ਆ ਤੇ ਬੋਲੀ ਜਾਂਦੇ ਆ ਇੰਨੀਆਂ ਪੈਂਦੀਆਂ ਵਾ ਵੀਡੀਓ ਲੰਮੀ ਬਣਦੀ ਜਾਂਦੀ ਚਲੋ ਇਹ ਇਹ ਮੈਂ ਗੱਲ ਕਹਿਣੀ ਸੀ ਠੀਕ ਹੈ ਨਾ ਠੱਗੀ ਤੋਂ ਇਸ ਕਰਕੇ ਸਾਵਧਾਨ ਉਹ ਪੈਸਾ ਜਿਹੜਾ ਬੜਾ ਉਹ ਇੱਦਾਂ ਹੀ ਕਹਿੰਦੇ ਆ ਕਿਸਾਨ ਭਾਈ ਉਹ ਪੈਸਾ ਬਹੁਤ ਮੁਸ਼ਕਲ ਬਣਦਾ ਹੈ ਹਾਂ ਮੇਰੇ ਸਰਕਾਰੀ ਕੰਮ ਹੈ ਉਹ ਹੈ ਜੇ ਹੈ ਇੱਦਾਂ ਕਰਕੇ ਠੱਗੀ ਮਾਰੀ ਜਾਂਦੇ ਆ ਤੇ ਫਿਰ ਸੰਦੀਪ ਸਿੰਘ ਗੱਲ ਇਹ ਆ ਵੀ ਨਾਂ ਹੈਗਾ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਵਾਲ
ਜਿਹੜਾ ਅੰਮ੍ਰਿਤਸਰ ਫੋਨ ਨੰਬਰ ਹੈਗਾ 98 48 98 74 78 86 22 56 ਇਹ ਤੋਂ ਲਿਖ ਹੀ ਦੇਣੇ ਆ ਠੀਕ ਆ। ਜਿਹੜੇ ਭੈਣ ਭਰਾ ਵੇਖਦੇ ਆ, ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ, ਜਿਹੜੇ ਸਾਨੂੰ ਫੋਨ ਵੀ ਕਰਦੇ ਆ, ਉਹਨਾਂ ਸਾਰਿਆਂ ਦਾ ਧੰਨਵਾਦ ਵੀਰ ਜੀ। ਕੋਈਆਂ ਭੁੱਲਾਂ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।